ਅਸੀਂ ਤੁਹਾਨੂੰ ਚੌਂਕੀ ਦੇ ਰਹੇ ਜ਼ਿੰਮੇਵਾਰ ਕੀ ਆਵੇ ਉਹ ਛੱਡੋ ਤੁਸੀਂ ਨਾ ਬੋਲੋ ਵੀਰੇ ਸਾਰੇ ਗਲਤ ਗੱਲਾਂ ਦੇ ਲੋ ਸਾਡੇ ਨਾਲ ਅਸੀਂ ਇਧਰੇ ਕਰੇ ਵੀਰੇ ਅਸੀਂ ਬੱਚੇ ਨਹੀਂ ਹੈਗੇ ਤਾਂ ਇਧਰੇ ਕਰ ਛੋਟੇ ਮੈਂ ਤੁਹਾਨੂੰ ਕਹਿ ਰਿਹਾ ਪਿਆਰ ਨਹੀਂ ਬਣਾਇਆ ਹੋਰ ਮੈਂ ਤੁਹਾਨੂੰ ਲੜਨਾ ਨਾ ਬੋਲੀ ਦਾ ਨਹੀਂ ਅੰਦਰ ਸਾਰੇ ਗਲਤ ਗੱਲਾਂ ਅੰਦਰ ਆਕੇ ਅਸੀਂ ਲਾ ਦਾ ਤੁਸੀਂ ਤੁਸੀਂ ਅਗਰ ਉੱਤੋਂ ਬੁੱਢੇ ਬੁਲਾ ਕੇ ਫਿਰ ਕਿਉਂ ਸਿਰ ਪਾੜਦਾ ਤੇ ਤੇਰੇ ਸਿਆਣੇ ਦੇ ਤੇਰੇ ਸਾਹਮਣੇ ਆਉਂਦੇ ਬੰਦਾ ਕਹਿੰਦਾ ਫਿਰ ਕਿਉਂ ਸਿਰ ਪਾੜਦਾ ਮੇਰਾ ਦਿਨ ਲੈ ਜਿਸਨੇ ਸ਼ਰਾਬ ਦੇ ਨਾਲ ਬਣਾ ਕੇ ਖਵਾਇਆ ਮੁਰਗਾ ਸ਼ਰਾਬੀ ਉਸੇ ਸ਼ਖਸ ਦਾ ਵੱਢ ਗਏ ਨੱਕ ਦੇਖੋ ਅਹਾਤੇ ਤੇ ਕਿਵੇਂ ਹੋਇਆ ਝਗੜਾ ਦਰਅਸਲ ਚਾਰ ਦੋਸਤ ਅਹਾਤੇ ਤੇ ਬਹਿ ਕੇ ਸ਼ਰਾਬ ਪੀ ਰਹੇ ਹੁੰਦੇ ਨੇ ਅਹਾਤੇ ਤੇ ਬੈਠ ਕੇ ਉਹਨਾਂ ਦੇ ਵੱਲੋਂ ਖਾਣ ਪੀਣ ਲਈ ਆਰਡਰ ਵੀ ਦਿੱਤਾ ਜਾਂਦਾ ਹੈ ਪਰ ਬਾਅਦ ਦੇ ਵਿੱਚ ਜਦ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹ ਨੌਜਵਾਨ ਕਾਊਂਟਰ ਤੇ ਅਹਾਤੇ ਦੇ ਵਰਕਰਾਂ ਦੇ ਨਾਲ ਬੈਸਣ ਲੱਗ ਜਾਂਦੇ ਨੇ ਬੈਸ ਬਸਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਹਾਥਾਪਾਈ ਤੇ ਆ ਜਾਂਦੇ ਨੇ ਹਾਥਾਪਾਈ ਹੋਣ ਤੋਂ ਬਾਅਦ ਜਿਹੜਾ ਇੱਕ ਸ਼ਖਸ ਹੈ ਉਹ ਅਹਾਤੇ ਦੇ ਸ਼ੈਫ ਦਾ ਨੱਕ ਵੜ ਦਿੰਦਾ ਹੈ ਉਸਦੇ ਵੱਲੋਂ ਉਸਦੀ ਨੱਕ ਤੇ ਛੁਰੇ ਦੇ ਨਾਲ ਵਾਰ ਕੀਤਾ ਗਿਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੀਆਂ ਜਿੱਥੇ ਇੱਕ ਹਾਥੇ ਦੇ ਵਿੱਚ ਹੰਗਾਮਾ ਹੋਇਆ ਹੈ ਇਸ ਹੰਗਾਮੇ ਦੌਰਾਨ ਦੋ ਲੋਕ ਜ਼ਖਮੀ ਹੋ ਗਏ ਨੇ ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਇਹ ਹੰਗਾਮਾ ਹੋਇਆ ਮੈਨੇਜਰ ਦੇ ਨਾਲ ਬਦਤਮੀਜ਼ੀ ਕੀਤੀ ਪਹਿਲਾਂ ਨੌਜਵਾਨਾਂ ਨੇ ਬਾਅਦ ਦੇ ਵਿੱਚ ਉਹਨਾਂ ਦੇ ਕਰਮਚਾਰੀ ਦਾ ਨੱਕ ਵੜ ਦਿੱਤਾ ਇਹ ਸਾਰਾ ਝਗੜਾ ਬਿੱਲ ਨਾ ਦੇਣ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਚਾਰੇ ਨੌਜਵਾਨਾਂ ਦੇ ਵਿੱਚੋਂ ਹਮਲਾ ਕਰਨ ਵਾਲੇ ਨੌਜਵਾਨ ਤਾਂ ਭੱਜ ਗਏ ਪਰ ਦੋ ਨੌਜਵਾਨ ਬਚ ਗਏ ਉਹਨਾਂ ਦੇ ਨਾਲ ਜਿਹੜੇ ਬੈਠੇ ਸੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੇ ਨਾਲ ਸਿਰਫ ਸ਼ਰਾਬ ਪੀਣ ਆਏ ਸੀ ਉਹਨਾਂ ਦੇ ਵੱਲੋਂ ਝਗੜਾ ਨਹੀਂ ਕੀਤਾ ਗਿਆ ਹੁਣ ਫੜੇ ਹੋਏ ਇਹਨਾਂ ਦੋਹਾਂ ਨੌਜਵਾਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੌਕੇ 'ਤੇ ਪੁਲਿਸ ਵੀ ਆਈ ਹੁਣ ਪੁਲਿਸ ਵੀ ਅੱਗੋਂ ਕਾਰਵਾਈ ਕਰ ਰਹੀ ਹੈ ਅਸੀਂ ਆਏ ਸੀਗੇ ਜੀ ਇੰਜੋਏ ਕਰਨ ਕੰਮ ਤੋਂ ਥੱਕੇ ਹੋਏ ਸੀਗੇ ਕੰਮ ਤੋਂ ਆਏ ਸੀਗੇ ਜੀ ਅਸੀਂ ਘੋੜਾ ਕਲੋਨੀ ਰਹਿੰਦੇ ਜੀ ਅਸੀਂ ਕੰਮ ਤੋਂ ਆਏ ਸੀਗੇ ਤੇ ਇਹ ਮੇਰਾ ਫਰੈਂਡ ਆ ਮਾਰਕੀਟਿੰਗ ਕੰਮ ਕਰਦੇ ਸੀ ਇਹ ਮੇਰਾ ਫਰੈਂਡ ਆ ਜੀ ਇਹਦੇ ਨਾਲ ਜਿਹੜੇ ਇਹਦੇ ਨਾਲ ਜੋਬ ਕਰਦੇ ਮੁੰਡੇ ਉਹ ਸੀਗੇ ਨਾਲ ਤੇ ਅਸੀਂ ਮਤਲਬ ਬੈਠ ਕੇ ਇਹ ਅੱਛੇ ਕਰਦੇ ਗਾਂਧੀ ਮਾਰਕੀਟ ਜੀ ਤੇ ਇਹ ਇਹਨਾਂ ਨੇ ਇਹਨਾਂ ਦੇ ਫਰੈਂਡ ਸੀਗੇ ਉਹ ਮਤਲਬ ਬੱਚਾ ਛੋਟਾ ਸੀਗਾ ਉਹ ਹੈ ਉਮਰ ਤੋਂ ਵੱਡਾ ਹੀ ਆ ਉਹ ਤੇ ਉਹਨਾਂ ਨੇ ਲੜ ਲੁੜ ਲਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਲੜਨਾ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਅਸੀਂ ਬਿੱਲ ਪੇ ਕੀਤਾ ਖੁਦ ਤੁਸੀਂ ਮੀਡੀਆ ਦੇ ਵਿੱਚ ਚੈੱਕ ਕਰ ਸਕਦੇ ਹੋ ਕੈਮਰੇ ਦੇ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਉਹ ਲੜ ਲੁੜ ਕੇ ਇਹਨਾਂ ਨੇ ਸਾਨੂੰ ਫੜ ਲਿਆ ਜੀ ਹੁਣ ਜੇ ਸਾਡਾ ਦੱਸੋ ਕੀ ਕਸੂਰ ਹੈ ਜੀ ਤੁਹਾਡੇ ਨਾਲ ਸੀ ਬੰਦੇ ਉਹ ਨਾਲ ਸੀਗੇ ਸਾਡੇ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਬਿੱਲ ਪੇ ਕਰਨਾ ਸੀਗਾ ਜੀ ਠੀਕ ਹੈ ਜੀ ਬਿੱਲ ਪੇ ਮੈਂ ਕਰਤਾ ਜੀ ਬਿੱਲ ਪੇ ਮੈਂ ਕਰਤਾ ਕਿੰਨੀ ਕੁ ਕੁੱਟਮਾਰ ਕੀਤੀ ਕਿ ਤੁਹਾਡੇ ਕੋਲ ਉਹ ਮੁੰਡੇ ਨੇ ਲੜਾਈ ਕੀਤੀ ਉਹਨੂੰ ਨਸ਼ਾ ਚੜ ਗਿਆ ਸੀ ਹਾਂਜੀ ਇਹਦੇ ਨਾਲ ਸੀਗਾ ਮੁੰਡਾ ਕੋਈ ਕਸੂਰ ਨਹੀਂ ਜੀ ਹਾਥੇ ਵਾਲੇ ਦਾ ਕੋਈ ਕਸੂਰ ਨਹੀਂ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਭਾਜੀ ਇਹਦੇ ਨਾਲ ਕੰਮ ਕਰਦਾ ਮੁੰਡਾ ਕੀ ਨਾਮ ਤੁਹਾਡਾ ਮੇਰਾ ਨਾਮ ਗਗਨ ਹੈ ਜੀ ਅੱਛਾ ਤੇ ਕੀ ਹੋਇਆ ਕੀ ਅੱਜ ਭਾਜੀ ਅਸੀਂ ਆਏ ਆ ਪਤਾ ਨਹੀਂ ਮੈਂ ਤਾਂ ਬਾਹਰ ਚਲਾ ਗਿਆ ਸੀ ਮੈਨੂੰ ਬਾਹਰੋਂ ਫੇਰ ਅੰਦਰ ਆਇਆ ਬੁਲਾਇਆ ਗਿਆ ਭਾਜੀ ਕਿੱਥੇ ਰਹਿੰਦੇ ਹੋ ਮੈਂ ਸਲੇਮ ਟਾਬਰੀ ਭਾਈ ਜੈਸੇ ਕਿ ਮੈਂ ਅੰਦਰ ਮੈਂ ਕਿਚਨ ਮੈਂ ਕੰਮ ਕਰਤਾ ਹੂੰ ਕਿਸ ਜਗ੍ਹਾ ਰਿਖੀ ਸਿਨੇਮਾ ਚੌਕ ਮਚਾਨ ਮੈਂ ਕੰਮ ਕਰਤਾ ਹੂੰ ਮੈਂ ਅੰਦਰ ਕੰਮ ਕਰਤਾ ਕੋਈ ਬਾਹਰ ਮੇਰੇ ਕੋ ਆਵਾਜ਼ ਸੁਣਾਈ ਦੀ ਤਾਂ ਮੈਂ ਬਾਹਰ ਗਿਆ ਦੇਖ ਰਿਹਾ ਹਾਂ ਕਿ ਲੜ ਰਿਹਾ ਮੈਂ ਛੁਰਾਨੇ ਗਿਆ ਤਾਂ ਇੱਕ ਬੰਦੇ ਨੇ ਮੇਰੇ ਕੋ ਕਰਾ ਸੀ ਕਿ ਕਿਸੇ ਹੱਥ 'ਚ
ਬਸ ਸਿੱਧਾ ਮੁੱਕਾ ਮਾਰਤਾ ਨੱਕ ਤੇ, ਨੱਕ ਤੇ ਅੰਦਰ ਹੀ ਬਾਹਰ ਸਾਰੇ ਖੂਨ ਖੂਨ ਹੀ। ਫਿਰ ਮੈਨੂੰ ਉਸ ਤੋਂ ਬਾਅਦ ਨਹੀਂ ਪਤਾ, ਮੇਰੇ ਕੋ ਇੰਨਾ ਪਤਾ ਨਹੀਂ, ਬਸ ਮੈਂ ਖੁਦ ਹੀ, ਮੇਰੇ ਕੋ ਨਹੀਂ ਪਤਾ, ਮੈਂ ਤਾਂ ਛੜਾ ਨਹੀਂ ਗਿਆ ਸੀਗਾ, ਮੈਂ ਉੱਥੇ ਕੰਮ ਕਰ ਰਿਹਾ ਸੀ। ਪਤਾ ਨਹੀਂ ਬਿੱਲ ਦੇਣੇ ਮੈਂ ਉਹ ਲੋਕ ਇਹ ਕਰ ਰਹੇ ਥੇ ਕਿ ਪਤਾ ਨਹੀਂ ਨਹੀਂ ਦੇਣਾ ਹੈ, ਕਿਆ ਕਰਨਾ ਹੈ, ਕਿਆ ਐਸੇ ਕੁਝ ਬਹੁਤ ਬਾਤ ਕਰ ਰਹੇ ਥੇ। ਹਾਂਜੀ, ਕਿੰਨੇ ਲੋਕ ਥੇ ਉਹ? ਚਾਰ ਜਣੇ ਥੇ। ਪਹਿਲੇ ਵੀ ਕਦੀ ਆਏ ਹੈ ਉਹ ਲੋਕ? ਨਹੀਂ ਜੀ, ਪਤਾ ਨਹੀਂ, ਇਤਨਾ ਮੈਂ ਅੰਦਰ ਰਹਿਤਾ ਹੂੰ, ਮੇਰੇ ਕੋ ਪਤਾ ਨਹੀਂ। ਮੈਂ ਇਤਨਾ ਦੇਖਤਾ ਹੂੰ। ਰਾਜੂ ਕਹਾਂ ਸੇ ਆਏ ਹੋ? ਰਿਖੀ ਸਿਨੇਮਾ ਸੇ। ਕਿਆ ਹੁਆ ਜਹਾਂ ਆਜ ਸਿਵਲ ਆਨਾ ਪੜਾ? ਲੜਾਈ ਹੋ ਗਈ। ਕਹਾਂ ਪੇ? ਦੁਕਾਨ ਕੇ ਅੰਦਰ। ਕਿਸ ਚੀਜ਼ ਕੀ ਦੁਕਾਨ ਆਪਕੀ? ਬਾਰ ਹੈ, ਬਾਰ ਹੈ। ਕਿਤਨੇ ਲੋਕ ਥੇ ਵੋ ਜਿਨ੍ਹੋਂਨੇ ਹਮਲਾ ਕੀਆ ਆਪ ਪਰ? ਚਾਰ ਲੋਕ। ਕਿਸ ਚੀਜ਼ ਸੇ ਹਮਲਾ ਕੀਆ? ਵੋ ਹੱਥ ਸੇ। ਕਿਸ, ਕਿਆ ਚੀਜ਼ ਮਾਰੀ ਗਾ ਯਹਾਂ ਪੇ? ਹੱਥ ਮੇਂ ਕੜਾ ਥਾ ਲੱਗੀ ਹੈ ਸਰ। ਲੜਾਈ ਕਾ ਕਾਰਨ ਕਿਆ ਥਾ? ਲੜਾਈ ਕਾਰਨ ਥਾ ਵੋ ਖਾਤੀ ਪੀਤੀ ਸੀ। ਖਾਈ ਪੀਤੀ ਕਿਆ? ਬਿੱਲ ਬੁੱਲ ਕਾ ਕੋਈ ਚੱਕਰ ਤਾਂ ਕਿਆ ਹੈ ਸਰ? ਤੁਮਨੇ ਕੋ ਆਦਾ ਬੋਲ ਰਹੇ ਥੇ ਕਿ ਬਿੱਲ ਨੇ ਦੂੰਗਾ ਕਿਆ ਕਰੇਗਾ। ਅੱਛਾ, ਓਕੇ, ਕਿਉਂ ਖਾਈ ਪੀ ਬਿੱਲ? ਕਿੰਨੇ ਵਜੇ ਕਾ ਟਾਈਮ ਥਾ ਜੀ? ਥਾ 10 ਵਜੇ। 10 ਵਜੇ ਜਬ ਯੇ ਲੜਾਈ ਹੋਈ, ਆਪਨੇ ਕਿਸੀ ਪੁਲਿਸ ਵਾਲੇ ਕੋ ਕੋਈ ਇਤਲਾਹ ਕੀ ਇਸ ਬਾਰੇ ਮੇਂ? ਨਹੀਂ।